ਵੱਖ-ਵੱਖ ਜਥੇਬੰਦੀਆਂ ਆਪਣੀਆਂ ਹੱਕੀ ਮੰਗਾਂ ਲਈ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਦੀਆਂ ਰਹਿੰਦੀਆਂ ਨੇ। ਇਸੇ ਤਰ੍ਹਾਂ ਹੁਣ ਪੰਜਾਬ ਸਰਕਾਰ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਮੋਰਚਾ ਖੋਲ੍ਹਿਆ ਗਿਆ। ਕਿਸਾਨ ਜਥੇਬੰਦੀਆਂ ਜ਼ਿਲ੍ਹਾ ਬਰਨਾਲਾ ਅੰਦਰ ਸੰਘੇੜਾ ਵਿਖੇ ਧਰਨਾ ਮਾਰ ਬਰਨਾਲਾ ਲੁਧਿਆਣਾ ਰੋਡ, ਬੜਬਰ ਵਿਖੇ ਬਠਿੰਡਾ ਚੰਡੀਗੜ੍ਹ ਹਾਈਵੇ ਅਤੇ ਪੱਖੋਂ ਕੈਂਚੀਆਂ ਵਿਖੇ ਧਰਨਾ ਮਾਰ ਬਰਨਾਲਾ ਮੋਗਾ ਫਰੀਦਕੋਟ ਹਾਈਵੇ 2 ਘੰਟਿਆਂ ਤੱਕ ਜਾਮ ਰੱਖਿਆ ਗਿਆ। ਕਿਸਾਨਾਂ ਵੱਲੋਂ ਇਹ ਧਰਨਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਦੇ ਸੱਦੇ ਨੂੰ ਲਾਗੂ ਕਰਵਾਉਣ ਲਈ ਸੜਕ ਨੂੰ 2 ਘੰਟੇ ਤੱਕ ਜਾਮ ਰੱਖਿਆ ਗਿਆ। ਧਰਨਾ ਜਿਹੜੇ ਇੱਥੋਂ ਕੈਪਟਨ ਸਰਕਾਰ ਨੇ ਵੋਟਾਂ ਵਾਲੇ ਵੱਡੇ ਵਾਅਦੇ ਕੀਤੇ ਸੀ ਕਿਸਾਨਾਂ ਦੇ ਕਰਜ਼ੇ ਦੇ ਨੌਜਵਾਨਾਂ ਨੂੰ ਮੋਬਾਇਲ ਦਿਓ, ਰੁਜ਼ਗਾਰ ਦਿਓ, ਪੈਨਸ਼ਨ ਦੁੱਗਣੀ ਕਰ ਦਿਓ, ਉਹ ਸਾਰੇ ਵਾਅਦਿਆਂ ਦੀ ਇਹਦੀ ਪੋਲ ਨਿਕਲ ਚੁੱਕੀ ਆ। ਅਜੇ ਤੱਕ ਇਹਨੇ ਕੋਈ ਵਾਅਦਾ ਨਹੀਂ ਪੂਰਾ ਕੀਤਾ। ਕਰਜ਼ਾ ਮਾਫੀ ਵਾਲਾ ਤਾਂ ਉਹ ਵੀ 2 ਏਕੜ ਦਾ ਕਰਕੇ ਉਦੋਂ ਵੀ ਭੱਜ ਰਿਹਾ, ਉਹ ਕਰਜ਼ਾ ਮਾਫ਼ ਕਰਾਉਣ ਵਾਸਤੇ ਸੀ ਅੱਜ ਇਹ ਧਰਨਾ ਜੀ। ਜੋ ਚੋਣਾਂ ਸਮੇਂ ਆਪਣੇ ਹੋਂਦ ਵਿੱਚ 3 ਜਾਂ ਆਪਣੀਆਂ ਪਾਰਟੀਆਂ ਗਈਆਂ ਸੀ, ਕਾਂਗਰਸ ਅਤੇ ਅਕਾਲੀ ਅਤੇ ਆਪ ਵਾਲੇ, ਤਿੰਨਾਂ ਨੇ ਲੋਕਾਂ ਨਾਲ ਵਾਅਦੇ ਕਰੇ ਸੀ ਵੀ ਜਿਹੜੀ ਵੀ ਸਰਕਾਰ ਬਣ ਗਈ ਉਹ ਕਿਸਾਨਾਂ ਨੂੰ ਜਿਹੜੀ ਬਿਜਲੀ ਪਾਣੀ ਮੁਫ਼ਤ ਦੇਵਾਂਗੇ ਅਤੇ ਡਾਕਟਰ ਸਵਾਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ ਅਤੇ ਜਿਹੜੇ ਅਵਾਰਾ ਪਸ਼ੂ ਉਹਨਾਂ ਦਾ ਪ੍ਰਬੰਧ ਕਰਾਂਗੇ, ਘਰ ਘਰ ਦੇ ਵਿੱਚ ਰੁਜ਼ਗਾਰ ਦੇਵਾਂਗੇ। ਉਹਨਾਂ ਸਾਰਿਆਂ ਵਾਅਦਿਆਂ ਤੋਂ ਜਿਹੜੀ ਹੁਣ ਮੌਕੇ ਦੀ ਸਰਕਾਰ ਆ ਉਹ ਭੱਜੀ ਆ। ਅਸੀਂ ਸਰਕਾਰ ਦੇ ਧਿਆਨ 'ਚ ਲਿਆਉਂਦੇ ਹਾਂ ਵੀ ਜਿਹੜੇ ਲੋਕਾਂ ਦੇ ਨਾਲ ਬੇਇਨਸਾਫੀ ਆ, ਜਿਹੜੀ ਕਰਜ਼ਾ ਮਾਫੀ ਆ ਉਹਦੇ 'ਤੇ ਵੀ, ਜਿਹੜਾ ਉਹਦੇ ਨਾਲ ਮੋਟਰਾਂ ਦੇ ਉੱਤੇ ਮੀਟਰ ਲਾਏ ਲਾਉਣ ਦੀ ਸਕੀਮ ਆ ਸਰਕਾਰ ਦੀ, ਉਹਦੀ ਅਸੀਂ ਨਿਖੇਧੀ ਕਰਦੇ ਹਾਂ ਵੀ ਜਿਹੜੇ ਬਿਜਲੀ ਪਾਣੀ ਸਰਕਾਰ ਨੇ। ਹੁਣ ਵੇਖਣਾ ਹੋਵੇਗਾ ਕਿ ਇਹਨਾਂ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਦਾ ਅਸਰ ਸਰਕਾਰ ਦੇ ਉੱਤੇ ਕਿੰਨਾ ਕੁ ਪੈਂਦਾ, ਜਾਂ ਫਿਰ ਇਹ ਧਰਨਾ ਵੀ ਬਾਕੀ ਧਰਨਿਆਂ ਵਾਂਗੂ ਠੰਡੇ ਬਸਤੇ 'ਚ ਹੀ ਪੈ ਜਾਂਦਾ। ਬਰਨਾਲਾ ਤੋਂ ਸਾਹਿਬ ਸੰਧੂ, D5 ਚੈਨਲ, ਪੰਜਾਬੀ।